ਪੰਜਾਬ ਸਰਕਾਰ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਭਾਵੇਂ ਪੂਰੀ ਵਾਹ ਲਾ ਰਹੀ ਹੈ, ਪਰ ਹਾਲੇ ਵੀ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਕਾਫ਼ੀ ਸੁਧਾਰ ਦੀ ਜ਼ਰੂਰਤ ਹੈ। ਕਸਬਾ ਸ਼ੇਰਪੁਰ ਦੇ ਪ੍ਰਾਇਮਰੀ ਸਕੂਲ ਟਾਹਲੀਆਂ ਵਾਲਾ ਸਕੂਲ ਦੀ ਬਿਲਡਿੰਗ ਦੀ ਖਸਤਾ ਹਾਲਤ ਨੂੰ ਲੈ ਕੇ ਸ਼ੇਰਪੁਰ ਦੇ ਸਮਾਜ ਸੇਵੀ ਕਾਫ਼ੀ ਚਿੰਤਤ ਹਨ। ਦੱਸਣਯੋਗ ਇਹ ਹੈ ਕਿ ਇਸ ਸਕੂਲ ਵਿੱਚ ਸ਼ੇਰਪੁਰ ਦਾ ਗੰਦਾ ਪਾਣੀ ਭਰ ਜਾਂਦਾ ਸੀ, ਜਿਸ ਨੂੰ ਦੇਖਦਿਆਂ ਪ੍ਰਸਿੱਧ ਸਮਾਜ ਸੇਵੀ USA ਵਾਸੀ ਸਰਦਾਰ ਭੋਲਾ ਸਿੰਘ SDO ਨੇ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਰਾਹੀਂ ਸਕੂਲ ਲਈ 1 ਲੱਖ ਰੁਪਏ ਦੀ ਸਹਾਇਤਾ ਭੇਜੀ ਅਤੇ ਸਕੂਲ ਵਿੱਚ ਭਰਤ ਪਾ ਕੇ ਇੰਟਰਲੋਕ ਟਾਈਲਾਂ ਲਾ ਕੇ ਕਲਾਸਾਂ ਲਾਉਣ ਦਾ ਪ੍ਰਬੰਧ ਕੀਤਾ। ਇਸੇ ਕਾਰਜ ਲਈ ਸਕੂਲ ਕਮੇਟੀ ਦੇ ਪ੍ਰਧਾਨ ਬਾਬਾ ਰਣਜੀਤ ਸਿੰਘ ਨੇ SDO ਭੋਲਾ ਸਿੰਘ ਦਾ ਧੰਨਵਾਦ ਕੀਤਾ। ਇਸੇ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਪਾਣੀ ਵਾਲੀ ਟੈਂਕੀ ਦਾ ਹੇਠਲਾ ਕਮਰਾ ਖਸਤਾ ਹੋਣ ਕਰਕੇ ਉਚਿਤ ਪ੍ਰਬੰਧ ਕਰਨ ਲਈ 11,000 ਰੁਪਏ ਹੋਰ ਰਾਸ਼ੀ ਭੇਜੀ ਹੈ। ਇਸ ਮੌਕੇ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨਾਲ ਪਹੁੰਚੇ ਕਲੱਬ ਦੇ ਚੇਅਰਮੈਨ ਨਿਰਮਲਜੀਤ ਸਿੰਘ ਨਿੰਮਾਬਾਈ ਨੇ ਦੱਸਿਆ ਕਿ ਭੋਲਾ ਸਿੰਘ USA ਵੱਲੋਂ ਕਲੱਬ ਵੱਲੋਂ ਸ਼ਨਾਖਤ ਕੀਤੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵੀ ਭੇਜੀ ਜਾ ਰਹੀ ਹੈ, ਜਿਸ ਵਿੱਚ ਨਕਦ ਰਾਸ਼ੀ ਲੋੜੀ ਦੇ ਪਰਿਵਾਰਾਂ ਨੂੰ ਹਰ ਮਹੀਨੇ ਘਰ ਦਾ ਰਾਸ਼ਨ ਵੀ ਭੇਜ ਰਹੇ ਹਨ, ਜਿਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਉਹਨਾਂ ਨਾਲ ਪ੍ਰਧਾਨ ਮੱਖਣ ਸਿੰਘ ਘੁੰਗਰੂ, ਰਜਿੰਦਰ ਸਿੰਘ ਢੰਡਾ, ਤਰਲੋਚਨ ਸਿੰਘ ਔਜਲਾ, ਚਮਕੌਰ ਸਿੰਘ ਠੇਕੇਦਾਰ, ਸੁਖਵੀਰ ਸਿੰਘ ਚੀਮਾ, ਮਨਪ੍ਰੀਤ ਸਿੰਘ ਔਜਲਾ, ਨਛੱਤਰ ਸਿੰਘ, ਮਨਜੀਤ ਸਿੰਘ ਕੁਰੜ, ਸੁਖਮਿੰਦਰ ਸਿੰਘ ਰੇੜੀਕੇ, ਡਾਕਟਰ ਗੁਰਿੰਦਰ ਗੋਇਲ, ਬਰਜਿੰਦਰ ਸਿੰਘ ਬਿੱਟੂ, ਬਿੰਦਰ ਸਿੰਘ ਗਰੇਵਾਲ, ਪ੍ਰੀਤਮ ਸਿੰਘ ਗਰੇਵਾਲ ਆਦਿ ਆਗੂ ਹਾਜ਼ਰ ਸਨ। ਬਿਊਰੋ ਰਿਪੋਰਟ, ਨਰਿੰਦਰ ਅਤਰੀ, LVS ਨਿਊਜ਼, ਸ਼ੇਰਪੁਰ। ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੇਅਰਮੈਨ CNC ਕਮੇਟੀ ਸਰਕਾਰੀ ਪ੍ਰਾਇਮਰੀ ਸ਼ੇਰਪੁਰ ਤੋਂ। ਸੋ ਅੱਜ ਮੈਂ ਸਰਦਾਰ ਭੋਲਾ ਸਿੰਘ SDO ਸਾਹਿਬ, ਜੋ ਕਿ ਫੋਰਨ ਕੰਟਰੀ 'ਚ ਬੈਠੇ ਨੇ, ਉਹਨਾਂ ਦਾ ਸਮੂਹ ਸਟਾਫ ਵੱਲੋਂ ਔਰ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਧੰਨਵਾਦ ਕਰਦਾ ਹਾਂ, ਜਿਹੜੇ ਕਿ ਪਹਿਲਾਂ 1 ਲੱਖ ਰੁਪਇਆ, ਆ ਜਿਹੜਾ ਤੁਸੀਂ ਫਰਸ਼ ਦੇਖ ਰਹੇ ਹੋ, ਇਹ ਫਰਸ਼ ਲਵਾਇਆ ਵੀ 1 ਲੱਖ ਰੁਪਇਆ ਦੇ ਚੁੱਕੇ ਨੇ ਅਤੇ ਹੋਰ 1 ਲੱਖ ਰੁਪਇਆ ਦੇਣ ਦਾ ਉਹਨੇ ਵਾਅਦਾ ਕੀਤਾ। ਸੋ ਉੱਧਰ ਜਿਹੜਾ ਕਮਰਾ ਜੀ, ਉਹ ਕਮਰੇ ਦੇ ਕੋਲ ਟੂਟੀਆਂ ਲੱਗੀਆਂ ਨੇ, ਉਹ ਕੰਧ ਗਿਰਨ ਵਾਲੀ ਹੈ, ਉੱਥੇ ਬੱਚੇ ਪਾਣੀ ਪੀਂਦੇ ਨੇ, ਕਈ ਵਾਰ ਕੋਈ ਬੱਚੇ ਦਾ ਕੋਈ ਨੁਕਸਾਨ ਹੋ ਸਕਦਾ। ਇਸ ਕਰਕੇ ਭੋਲਾ ਸਿੰਘ ਜੀ ਨੇ 11,000 ਰੁਪਏ, 1 ਲੱਖ ਰੁਪਏ ਦਾ ਵਾਅਦਾ ਕੀਤਾ, 11,000 ਰੁਪਏ ਉਹਨੇ ਭੇਜ ਦਿੱਤਾ ਵੀ ਇੱਥੇ ਕਮਰਾ ਬਣਾ ਕੇ ਬੱਚਿਆਂ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉੱਧਰ ਕੋਈ ਪਾਣੀ ਸਿੰਘ ਘਟਨਾ ਵਾਪਰ ਜਾਵੇ। ਧੰਨਵਾਦ। ਮੈਂ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਸਰਦਾਰ ਭੋਲਾ ਸਿੰਘ ਜੀ, SDO ਸਾਹਿਬ ਅਤੇ ਫਤਿਹ ਸਿੰਘ ਸਪੋਰਟਸ ਕਲੱਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਕਰਕੇ ਸਕੂਲ ਨੂੰ ਤਰੱਕੀ ਦੇ ਰਾਹ 'ਤੇ ਲਿਆਉਣ ਵਾਸਤੇ ਭੋਲਾ ਸਿੰਘ ਜੀ ਨੇ 1 ਲੱਖ ਰੁਪਏ ਦਿੱਤਾ ਅਤੇ 1 ਲੱਖ ਰੁਪਏ ਦੇਣ ਦਾ ਹੋਰ ਵਾਅਦਾ ਦਿੱਤਾ ਹੈ। ਅੱਜ ਉਹਨਾਂ ਨੇ 2 ਅਗਸਤ 2018 ਨੂੰ 11,000 ਰੁਪਏ ਬੱਚਿਆਂ ਦੇ ਪਾਣੀ ਪੀਣ ਦਾ ਪ੍ਰਬੰਧ ਕਰਨ ਲਈ ਵੀ ਭੇਜੇ ਹਨ। ਅਸੀਂ ਸਮੂਹ ਸਟਾਫ, ਸਾਡੇ ਚੇਅਰਮੈਨ ਸਾਹਿਬ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਲੱਬ ਦਾ ਵੀ ਅਤੇ SDO ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬਾ ਫਤਿਹ ਸਿੰਘ ਸਪੋਰਟਸ ਐਂਡ ਵੈਲਫੇਅਰ
ਕਲੱਬ ਵੱਲੋਂ ਇੱਥੇ ਪਹੁੰਚੇ ਹਾਂ। ਸਾਡੇ ਮਾਣਯੋਗ ਵੱਡੇ ਵੀਰ ਸਰਦਾਰ ਐਸ ਡੀ ਓ ਭੋਲਾ ਸਿੰਘ ਜੀ, ਜਿਹੜੇ ਸਾਡੇ ਕਲੱਬ ਨਾਲ ਪਿਛਲੇ 8 ਸਾਲਾਂ ਤੋਂ ਜੁੜੇ ਹਨ, ਸਾਡੇ ਕਲੱਬ ਦੇ ਸਰਪ੍ਰਸਤ ਹਨ। ਅਤੇ ਅਸੀਂ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਹਾਂ। ਪਿਛਲੇ ਸਾਲ ਫਰਵਰੀ ਦੇ ਵਿੱਚ ਤਕਰੀਬਨ 2000 ਸਕੁਅਰ ਫੁੱਟ ਜਿਹੜਾ ਥੱਲੇ ਫਰਸ਼ ਹੈ ਇਹ ਬਣਵਾਇਆ, ਭਰਤ ਪਵਾਇਆ ਗਿਆ, ਇਹਦੇ ਟੈਂਟਾਂ ਲਵਾਈਆਂ ਗਈਆਂ ਤਾਂ ਕਿ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਹੈਗਾ ਉਹ ਸਕੂਲ ਦੇ ਵਿੱਚ ਆ ਜਾਂਦਾ ਅਤੇ ਬੱਚਿਆਂ ਦੇ ਬੈਠਣ ਦਾ ਕੀ, ਸਟਾਫ ਦੇ ਵੀ ਖਾਣ ਵਾਸਤੇ ਜਗ੍ਹਾ ਨਹੀਂ ਰਹਿੰਦੀ। ਸੋ ਹੁਣ ਵੀ ਬਰਸਾਤ ਆਈਆਂ ਪਰ ਬੱਚਿਆਂ ਨੂੰ ਫਿਰ ਵੀ ਕਲਾਸਾਂ ਲੱਗ ਰਹੀਆਂ ਕਿਉਂਕਿ ਥੋੜ੍ਹਾ ਬਹੁਤ ਉੱਚਾ ਹੋ ਗਿਆ। ਇਸਦੇ ਨਾਲ ਹੀ ਪਿੱਛੇ ਇੱਕ ਕਮਰਾ ਹੈ ਜਿੱਥੇ ਬੱਚਿਆਂ ਦੇ ਪੀਣ ਵਾਸਤੇ ਪਾਣੀ ਰੱਖਿਆ ਗਿਆ, ਟੈਂਕੀ ਬਣਾ ਕੇ ਥੱਲੇ ਵਾਟਰ ਕੂਲਰ ਲਾਇਆ ਗਿਆ, ਆਰ ਓ ਸਿਸਟਮ ਵੀ ਲਗਾਇਆ ਗਿਆ। ਪਰ ਉਹਦੀ ਜਿਹੜੀ ਹਾਲਤ ਹੈ ਬਹੁਤ ਖਸਤਾ ਹੋ ਚੁੱਕੀ ਸੀ। ਕਿਸੇ ਵੀ ਟਾਈਮ ਕੋਈ ਵੀ ਅਣਸਕਾਮੀ ਘਟਨਾ ਹੋ ਸਕਦੀ ਸੀ, ਕਿਸੇ ਬੱਚਿਆਂ ਦਾ ਮਾਲੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਸੋ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਅਤੇ ਚੇਅਰਮੈਨ ਸਾਹਿਬ ਨੇ ਸਾਨੂੰ ਦਿੱਤਾ ਲਿਖ ਕੇ ਵੀ ਸਾਨੂੰ ਇੱਥੇ ਐਮਰਜੈਂਸੀ ਦੀ ਜ਼ਰੂਰਤ ਹੈ ਬੱਚਿਆਂ ਦੇ ਪਾਣੀ ਵਾਸਤੇ, ਉਹ ਕੀਤੀ ਜਾਵੇ। ਸੋ ਅਸੀਂ ਸਾਡੇ ਵੀਰ ਭਾਈ ਐਸ ਡੀ ਭੋਲਾ ਸਾਹਿਬ ਨੂੰ ਰਿਕੁਐਸਟ ਕੀਤੀ ਅਤੇ ਉਹਨੇ 11,000 ਰੁਪਇਆ ਤੁਰੰਤ ਸਾਨੂੰ ਕਿਹਾ ਵੀ ਇਹਨਾਂ ਨੂੰ ਦਿਓ ਤੁਸੀਂ। ਉਹਨਾਂ ਨੇ ਸਾਨੂੰ ਭੇਜ ਦਿੱਤਾ ਅਤੇ ਅਸੀਂ ਅੱਜ 11,000 ਰੁਪਇਆ ਮੈਡਮ ਜੀ ਨੂੰ ਸਪੁਰਦ ਕਰ ਦਿੱਤਾ। ਇੱਥੇ ਇੱਕ ਕਮਰਾ ਬਣੂਗਾ ਜਿਹਦੇ ਥੱਲੇ ਵਾਟਰ ਕੂਲਰ ਲੱਗਿਆ ਜਾਊਗਾ ਅਤੇ ਆਰ ਓ ਸਿਸਟਮ ਲੱਗੂਗਾ ਅਤੇ ਉੱਪਰ ਟੈਂਕੀ ਰੱਖੀ ਜਾਊਗੀ। ਸੋ ਤਾਂ ਕਿ ਬੱਚੇ ਆਰਾਮ ਨਾਲ ਪਾਣੀ ਪੀ ਸਕਣ, ਕੋਈ ਅਣਸਗਾਮੀ ਘਟਨਾ ਨਾ ਵਰਤੇ। ਤੋ ਜਿਹੜਾ ਸਾਡਾ ਕਲੱਬ ਆ ਹਮੇਸ਼ਾ ਐਸੀ ਗਤੀਵਿਧੀਆਂ ਕਰ ਰਿਹਾ ਸਾਡੇ ਨਾਲ। ਸਾਡੇ ਲੋਹਿਆਂ ਕਲੱਬ ਦੇ ਪ੍ਰਧਾਨ ਸਾਹਿਬ ਸ਼੍ਰੀ ਗੁਰਿੰਦਰ ਗੋਇਲ ਜੀ ਵੀ ਜੁੜੇ ਹੋਏ ਹਨ, ਸਾਰਾ ਸਟਾਫ ਸਾਡਾ ਜੁੜਿਆ ਹੋਇਆ। ਸਾਡੇ ਭੋਲਾ ਸਿੰਘ ਨੇ ਜੋ ਹੋਰ ਪ੍ਰਾਪਤੀਆਂ ਤੁਹਾਨੂੰ ਉਹਨਾਂ ਬਾਰੇ ਵੀ ਅੱਜ ਅਸੀਂ ਜਾਣੂ ਕਰਵਾਉਣਾ ਚਾਹੁੰਦੇ ਹਾਂ। ਇੱਕ ਪਰਿਵਾਰ ਹੈ ਬਹੁਤ ਅਤਿ ਗਰੀਬ ਖੇੜੀ ਤੋਂ, 13,000 ਰੁਪਏ ਉਹਨੂੰ ਮਾਲੀ ਸਹਾਇਤਾ ਦੇ ਕੇ ਉਹਨਾਂ ਦੀ ਹੈਲਪ ਕੀਤੀ ਆ, ਉਹ ਵੀ 13,000 ਰੁਪਇਆ ਅੱਜ ਦਿੱਤਾ ਗਿਆ। ਇੱਕ ਪਰਿਵਾਰ ਹੈ ਇੱਥੇ ਮਾਤਾ ਜਗੀਰ ਕੌਰ ਦਾ, ਜਿਨ੍ਹਾਂ ਦੇ ਘਰ ਅੱਜ ਰੋਟੀ ਖਾਣ ਨੂੰ ਵੀ ਕੋਈ ਪੈਸਾ ਨਹੀਂ ਹੈਗਾ। ਪਿਛਲੇ 4 ਸਾਲਾਂ ਤੋਂ ਤਕਰੀਬਨ 600-700 ਰੁਪਏ ਦਾ ਜਿਹਨਾਂ ਦਾ ਵੀ ਰਾਸ਼ਨ ਦਾਲ ਪਾਣੀ ਆਉਂਦਾ, ਸਾਡੇ ਵੀਰ ਬਾਈ ਨਛੱਤਰ ਸਿੰਘ ਜੀ ਇਹਨਾਂ ਦੀ ਡਿਊਟੀ ਪੱਕੀ ਲਗਾਈ ਹੈ। ਸਰਦਾਰ ਭੋਲਾ ਸਿੰਘ ਜੀ ਨੇ ਕਦੇ ਇਹ ਫੜਾ ਕੇ ਆਉਂਦੇ ਨੇ, ਕਦੇ ਸਾਡੇ ਬਾਈ ਮਨਜੀਤ ਸਿੰਘ ਜੀ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਬਾਈ ਭੋਲਾ ਸਿੰਘ ਜੀ ਦੇ, ਇਹ ਫੜਾ ਕੇ ਆਉਂਦੇ। ਜਾਣ ਦੀ ਪਿਛਲੇ 4 ਸਾਲਾਂ ਤਕਰੀਬਨ ਹਰ ਇੱਕ ਮਹੀਨੇ ਦੀ 5 ਤਰੀਕ ਨੂੰ ਉਹਦੇ ਘਰ ਰਾਸ਼ਨ ਦਾ ਬੈਗ ਪਹੁੰਚ ਜਾਂਦਾ ਹੈ। ਸੋ ਦੋਸਤੋ, ਤਰੱਕੀਆਂ ਦੁਨੀਆ ਕਰਦੀ ਹੈ ਪਰ ਅਸੀਂ ਤਰੱਕੀ ਫਿਰ ਮੰਨਦੇ ਹਾਂ ਜੇ ਸਾਡੀ ਤਰੱਕੀ ਦੇ ਨਾਲ ਕਿਸੇ ਦਾ ਘਰ ਚੱਲਦਾ ਹੈ, ਕਿਸੇ ਦਾ ਘਰ ਵੱਸਦਾ, ਕਿਸੇ ਦੀ ਹੈਲਪ ਹੁੰਦੀ ਹੈ। ਸੋ ਇੰਨੀਆਂ ਬੇਨਤੀਆਂ ਕਰਨ ਖੇਮਾ ਦੇ ਜੱਜ ਖਾਂ, ਸਾਡਾ ਸਪੋਰਟਸ ਕਲੱਬ ਬਾਬਾ ਫਤਿਹ ਸਿੰਘ ਸਾਰਿਆਂ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦੇ ਬਹੁਤ